ਪੰਜਾਬੀ ਚ ਕਿਹਾ ਜਾਂਦਾ ਕਿ ਕੁੱਤੇ ਖਾਣੀ ਕਰਾਈ ਆ ਬਹੁਤ ਜ਼ਿਆਦਾ ਪੁਲਿਸ ਮਹਿਕਮੇ ਦੀਆਂ ਕੁੱਝ ਕਾਲੀਆਂ ਭੇਡਾਂ ਨੇ ਹਾਈ ਕੋਰਟ 'ਚ। ਕਈ ਤਾਂ ਚਲੋ ਬਦਮਾਸ਼ਾਂ ਵਾਲੀ ਗੱਲ ਵੀ ਸਾਹਮਣੇ ਆ ਗਈ, ਖੁਦ ਮੋਹਰ ਲਾਈ ਸਪੀਕਰ ਸਾਹਿਬ ਨੇ ਕਿ ਇੱਦਾਂ ਚੱਲ ਰਿਹਾ। ਐਨ ਡੀ ਪੀ ਐਸ ਦੇ ਬਹੁਤੇ ਕੇਸਾਂ ਦੇ ਵਿੱਚ ਗਵਾਹੀ ਟਾਈਮ 'ਤੇ ਨਹੀਂ ਦੇਣ ਜਾਂਦੇ ਪੁਲਿਸ ਅਫਸਰ, ਇੱਥੇ ਵਾਰ ਵਾਰ ਤਲਬ ਕੀਤੇ ਗਏ। ਅਸਲ ਦੇ ਵਿੱਚ ਸੰਦੀਪ ਇਹ ਜਿਹੜਾ ਮਸਲਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਇਹ ਆ ਬਠਿੰਡੇ ਦਾ, ਨਥਾਣੇ ਦਾ। ਉੱਥੇ ਇੱਕ ਬੰਦੇ ਦੇ ਖਿਲਾਫ ਨਥਾਣਾ ਪੁਲਿਸ ਨੇ ਐਨ ਡੀ ਪੀ ਐਸ ਐਕਟ ਦੇ ਤਹਿਤ ਕਾਰਵਾਈ ਕੀਤੀ ਹੈਗੀ। ਬੰਦੇ ਨੂੰ ਅਰੈਸਟ ਨਹੀਂ ਕੀਤਾ ਹੈਗਾ, ਬੰਦਾ ਜਮਾਨਤ ਲੈਣਾ ਹਾਈ ਕੋਰਟ ਚਲਾ ਗਿਆ। ਜੱਜ ਵੇਖ ਕੇ ਪਰੇਸ਼ਾਨ ਹੋ ਗਿਆ ਵੀ ਕਮਾਲ ਆ, ਬੰਦੇ ਨੂੰ ਪੁਲਿਸ ਨੇ ਫੜਿਆ ਨਹੀਂ ਹੈਗਾ ਤੇ ਬੰਦਾ ਜਮਾਨਤ ਲੈਣ ਵੀ ਆ ਗਿਆ। ਉਹਨੇ ਪਹਿਲਾਂ ਤਾਂ ਬਠਿੰਡੇ ਦਾ ਰਿਕਾਰਡ ਚੱਕਿਆ, ਉੱਥੇ 70-80-90 ਕੇਸ ਨਿਕਲੇ ਵੀ ਪੁਲਿਸ ਨੇ ਮੁਕੱਦਮੇ ਤਾਂ ਬੜੇ ਦਰਜ ਕੀਤੇ ਨੇ ਤੇ ਬੰਦੇ ਫੜੇ ਵੀ ਨਹੀਂ ਹੈਗੇ। ਫਿਰ ਉਹਨਾਂ ਨੇ ਸਟੇਟ ਨੂੰ ਕਹਿ ਦਿੱਤਾ ਕਿ ਮੈਨੂੰ ਸਾਰੇ ਜ਼ਿਲ੍ਹਿਆਂ ਦੀਆਂ ਰਿਪੋਰਟਾਂ ਦਿਓ, ਤੇ ਉੱਥੇ ਲੱਗ ਗਿਆ ਮੇਲਾ। ਹਾਲਾਂਕਿ ਬੰਦੇ ਦੀ ਅਰੈਸਟ ਜ਼ਰੂਰੀ ਹੈ ਉਸ ਕੇਸ, ਇਹਦੇ 'ਚ ਤਿੰਨ ਚੀਜ਼ਾਂ ਨੇ, ਅਰੈਸਟ ਜ਼ਰੂਰੀ ਆ, ਉਸ ਤੋਂ ਬਾਅਦ ਜੇ ਨਹੀਂ ਫੜਿਆ ਜਾਂਦਾ ਬੰਦਾ ਫਰਾਰ, ਪੀ ਓ ਡਿਕਲੇਅਰ ਕਰਨਾ ਪੈਂਦਾ, ਤੀਜੀ ਜਿਹੜੀ ਲਾਸਟ ਸਟੇਜ ਕੀ ਹੈਗੀ ਆ ਉਹਦੀ ਪ੍ਰੋਪਰਟੀ ਅਟੈਚ ਕਰੋ। ਠੀਕ ਹੈ, ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਜਿਹੜੀ ਪਿੱਛੇ ਜੇ ਪੰਜਾਬ ਪੁਲਿਸ ਨੇ ਕੰਪੇਨ ਸ਼ੁਰੂ ਕੀਤੀ, ਇੱਕ ਡੀ ਐਸ ਪੀ, ਇੱਕ ਐਸ ਐਚ ਓ, ਇੱਕ ਏ ਐਸ ਆਈ ਅਤੇ ਕਿਸੇ ਤਸਕਰ ਦੇ ਲੱਗਾ ਵਾ ਨੇਮ ਪਲੇਟ ਅਤੇ ਐਂ ਫੋਟੋ ਖਿਚਾ ਰਹੇ ਹੈਗੇ ਨੇ, ਉਹ ਪੁਲਿਸ ਦੀ ਇਮਾਨਦਾਰੀ ਨਹੀਂ ਹੈਗੀ। ਉਹ ਹਾਈ ਕੋਰਟ ਨੂੰ ਦਿਖਾਉਣ ਵਾਸਤੇ ਪੰਜਾਬ ਪੁਲਿਸ ਦੀ ਇੱਕ ਐਕਸਰਸਾਈਜ਼ ਆ, ਉਹ ਸਾਰੀਆਂ ਫੋਟੋਆਂ ਖਿੱਚ ਕੇ ਖਬਰਾਂ ਲਵਾ ਲਈਆਂ ਕਿ ਪੁਲਿਸ ਦੀ ਬਹੁਤ ਵਧੀਆ ਕੰਪੇਨ ਆ ਜੀ, ਨਸ਼ੇ ਤਸਕਰਾਂ ਦੀਆਂ ਪ੍ਰੋਪਰਟੀਆਂ ਅਟੈਚ ਕੀਤੀਆਂ, ਉਹ ਹਾਈ ਕੋਰਟ 'ਚ ਦੱਸਣਾ, ਕਿਉਂਕਿ ਹਾਈ ਕੋਰਟ ਨੇ ਜਵਾਬ ਮੰਗਿਆ, ਨਹੀਂ ਤਾਂ ਪਹਿਲਾਂ ਪੁਲਿਸ ਸੁੱਤੀ ਪੰਜਾਬ ਪੁਲਿਸ। ਉਹ ਸਿਰਫ ਅਤੇ ਸਿਰਫ ਹਾਈ ਕੋਰਟ ਦੀ ਇਨਵੋਲਵਮੈਂਟ ਤੋਂ ਬਾਅਦ ਨਥਾਣਾ ਪੁਲਿਸ ਸਟੇਸ਼ਨ ਦਾ ਕੇਸ ਪੰਜਾਬ ਦੇ 416 ਪੁਲਿਸ ਕੇ ਪੁਲਿਸ ਸਟੇਸ਼ਨਾਂ ਕੇ ਦੇ ਵਿੱਚ ਘੰਟੀ ਵੱਜੀ ਹਾਈ ਕੋਰਟ ਦੀ, ਫਿਰ ਪੰਜਾਬ ਦੇ ਡੀ ਜੀ ਪੀ ਨੇ ਸਾਰਿਆਂ ਦੀ ਖਿਚਾਈ ਕੀਤੀ ਅਤੇ ਹੁਣ ਲੱਜਾ ਵਾਸਤੇ ਇਲਾਕੇ ਦੇ ਐਸ ਐਚ ਓ, ਇਲਾਕੇ ਦੇ ਡੀ ਐਸ ਪੀ, ਜਿਹੜੇ ਤਸਕਰ ਨਹੀਂ ਆ, 3-4 ਸਿਪਾਹੀ, ਇੱਕ ਅੱਧਾ ਥਾਣੇਦਾਰ, ਇੱਕ ਅੱਧਾ ਡੀ ਐਸ ਪੀ ਭੇਜ ਕੇ ਫੋਟੋ ਖਿਚਾ ਰਹੇ ਨੇ, ਪੋਸਟ ਲਾ ਤਾ, ਦੇਖੋ ਜੀ ਅਸੀਂ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਅਟੈਚ ਕਰਤੀ। ਪਹਿਲਾਂ ਕਿ ਉਹ ਸੁੱਤੇ ਸੀ, ਜੇ ਮੰਨ ਲਓ ਉਹ ਨਥਾਣਾ ਵਾਲਾ ਜਿਹੜਾ ਬੰਦਾ ਜਿਹੜਾ ਜਮਾਨਤ ਲੈਣ ਚਲ ਗਿਆ, ਨਹੀਂ ਤਾਂ ਸਾਰਾ ਅਦਾਲ ਸਾਰੀ ਦੀ ਸਾਰੀ ਕਾਲੀ ਆ। ਇਹਦਾ ਕੀ ਮਤਲਬ ਨਿਕਲਦਾ ਕਿ ਜਿਹੜੇ ਐਨ ਡੀ ਪੀ ਐਸ ਐਕਟ ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਸੀ ਉਹ ਪੁਲਿਸ ਵਾਲਿਆਂ ਦੀਆਂ ਮੁੱਠਾਂ ਗਰਮ ਕਰਦੇ ਸੀ, ਜੇਬਾਂ ਗਰਮ ਕਰਦੇ ਸੀ, ਇਸ ਕਰਕੇ ਅਸੀਂ ਨਹੀਂ ਫੜੇ ਜਾ ਰਹੇ। ਕਿਉਂਕਿ ਇਹ ਕਾਨੂੰਨ ਦੇ ਵਿੱਚ ਆ ਕਿ ਜੇ ਬੰਦਾ ਫਰਾਰ ਆ ਅਤੇ ਫਿਰ ਉਹਨੂੰ ਪੀ ਓ ਡਿਕਲੇਅਰ ਕਰੋ, ਜੇ ਤੁਸੀਂ ਪੀ ਓ ਡਿਕਲੇਅਰ ਕੀਤਾ ਉਹਦੀ ਪ੍ਰੋਪਰਟੀ ਅਟੈਚ ਕਰੋ। ਹੁਣ ਇਹਨਾਂ ਨੇ ਡਿਕਲੇਅਰ ਵੀ ਕੀਤੇ ਆ, ਪ੍ਰੋਪਰਟੀ ਵੀ ਅਟੈਚ ਕੀਤੀ ਆ, ਮਤਲਬ ਪੰਜਾਬ ਪੁਲਿਸ ਹਾਈ ਕੋਰਟ ਦੇ ਡੰਡੇ ਤੋਂ ਬਗੈਰ ਕੰਮ ਨਹੀਂ ਕਰਦੀ ਹੈਗੀ। ਗਲਤੀਆਂ ਦੇ ਕਰਦੇ ਨੇ ਹੇਠ ਲੈਵਲ ਐਸ ਐਚ ਓ ਤੋਂ ਲੈ ਕੇ ਐਸ ਐਸ ਪੀ ਲੈ, ਅਤੇ ਵਾਰ ਵਾਰ ਗੌਰਵ ਯਾਦਵ ਸਾਹਿਬ ਤਲਬ ਹੋ ਰਹੇ ਨੇ, ਹੁਣ ਭਲ ਕੇ ਉਹਨਾਂ ਨੂੰ ਅੱਜ ਵਿਧਾਨ ਸਭਾ ਨੇ ਤਲਬ ਕਰ ਲਿਆ, ਰਿਪੋਰਟ ਲੈ ਕੇ ਪੇਸ਼ ਹੋਣਗੇ, ਕੱਲ੍ਹ ਉਹਨਾਂ ਨੂੰ ਜਾਣਾ ਪਊਗਾ। ਪਰ ਚੰਗੀ ਗੱਲ ਹੈ ਕਿ ਇਹ ਸ਼ੁਰੂਆਤ ਹੋਈ ਆ, ਔਰ ਚੰਗੀ ਇਹ ਗੱਲ ਹੈ ਕਿ ਸਪੀਕਰ ਨੇ ਆਪਣਾ ਦੱਸਿਆ ਕਿ ਕਿਉਂਕਿ ਪੰਜਾਬ ਦੇ ਵਿੱਚ ਤਿੰਨ ਮਹੱਤਵਪੂਰਨ ਅਹੁਦੇ ਨੇ, ਇੱਕ ਐਜ ਏ ਚੀਫ ਮਿਨਿਸਟਰ, ਐਜ ਏ ਗਵਰਨਰ ਅਤੇ ਐਜ ਏ ਪੰਜਾਬ ਵਿਧਾਨ ਸਭਾ ਸਪੀਕਰ, ਤਿੰਨਾਂ ਕੋਲ ਅਥਾਂ ਪਾਵਰਾਂ ਨੇ, ਅਥਾਂ ਮਤਲਬ ਕਹਿ ਸਕਦੇ ਕਿ ਰੱਬ ਤਾਂ ਕਿਸੇ ਨੇ ਨਹੀਂ ਵੇਖਿਆ ਨਾ, ਪਰ ਧਰਤੀ 'ਤੇ ਇਹ ਲੋਕ ਰੱਬ ਨੇ। ਠੀਕ ਹੈ, ਇਹਨਾਂ ਦੀ ਕਿਆ ਕੋਈ ਵੀ ਨਹੀਂ ਮੋੜ ਸਕਦਾ, ਇਹਨਾਂ ਦੇ ਕਹਿਣ 'ਤੇ ਹੀ ਪੱਤੇ ਹਿਲਦੇ ਹੈਗੇ ਨੇ, ਉਹਨਾਂ ਦੇ ਰੱਬ ਅਤੇ ਪੰਜਾਬ ਪੁਲਿਸ ਦੇ ਐਸ ਐਚ ਓ ਅਤੇ ਐਸ ਐਸ ਪੀ ਵੀ ਹੈ, ਪਰ ਇਹ ਉਹਨਾਂ ਦੇ ਵੀ ਮਾਂ ਰੱਬ ਨੇ। ਅਤੇ ਇਸ ਕਰਕੇ ਅੱਜ ਕੁਲਤਾਰ ਸਿੰਘ ਸਦਮਾ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਇਹ ਚੰਗੀ ਗੱਲ ਹੈ, ਔਰ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਉਹ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਲੋਕ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਹੈਗਾ,
ਅਤੇ ਲੋਕਾਂ ਨੇ ਦੱਸਿਆ ਹੋਊਗਾ ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ, ਉਹਨਾਂ ਨੇ ਫਿਰ ਅੱਜ ਮਸਲਾ ਉਠਾ ਦਿੱਤਾ ਕਿ ਮੈਨੂੰ ਦੱਸਿਆ ਦੇ ਜਾਵੇ। ਉਹ ਕਹਿੰਦੇ ਕਿ ਕਿਉਂਕਿ ਕੁੰਵਰ ਵਿਜੇ ਪ੍ਰਤਾਪ ਐਜ ਏ ਆਈ ਪੀ ਐੱਸ ਔਫਿਸਰ ਔਰ ਆਈ ਜੀ ਰੈਂਕ ਤੋਂ ਉਹਨਾਂ ਨੇ ਵੀ ਆਰ ਐੱਸ ਲਈ ਸੀ ਕਿ ਭਾਈ ਤੂੰ ਤਾਂ ਪੁਲਿਸ ਦਾ ਅਧਿਕਾਰੀ ਵੀ ਰਹਿ ਚੁੱਕਾ, ਉਹ ਉਸ ਅਹੁਦੇ 'ਤੇ ਮੈਨੂੰ ਗਿਆਨ ਤਾਂ ਦੇ। ਅਤੇ ਫਿਰ ਜਿਹੜੀ ਉਹਨਾਂ ਨੇ ਭੂਮਿਕਾ ਬੰਨੀ ਹੈਗੀ ਆ ਉਹਦੇ 'ਚ ਫਿਰ ਪੁਲਿਸ ਨੂੰ, ਸਮੁੱਚੀ ਪੁਲਿਸ ਨੂੰ ਕਹਿੰਦੇ ਹੁੰਦੇ ਦੰਦਲਾਂ ਪੈ ਗਈਆਂ। ਇੱਥੇ ਵੀ ਟੇਢੀ ਜੀ ਟੀਚਰ ਪ੍ਰਤਾਪ ਸਿੰਘ ਬਾਜਵਾ ਕਰ ਗਏ ਸਪੀਕਰ ਸਾਹਿਬ ਨੂੰ, ਕਹਿੰਦੇ ਕੁੰਵਰ ਵਿਜੇ ਪ੍ਰਤਾਪ 2.5 ਸਾਲ ਦੇ ਜਿਹੜੇ ਮੁੱਦੇ ਦਾ ਰੌਲਾ ਪਾਉਂਦੇ ਉਹ ਤਾਂ ਤੁਸੀਂ ਉਹਨੂੰ ਪੁੱਛਣ ਨਹੀਂ, ਪੁੱਛਦੇ ਨਹੀਂ, ਬੋਲਣ ਨਹੀਂ ਦਿੰਦੇ, ਹੋਰ ਹੀ ਕੰਮ ਲਾ ਛੱਡਿਆ। ਨਹੀਂ ਉਹ ਕੁੰਵਰ ਵਿਜੇ ਪ੍ਰਤਾਪ ਨੇ ਵੀ ਕਿਹਾ ਸੀ ਕਿ ਜਨਾਬ ਮੈਂ ਤਿਆਰੀ ਦੇ ਹੋਰ ਕਰਕੇ ਅਤੇ ਤੁਸੀਂ ਸਵਾਲ ਹੀ ਮੇਰੇ ਕੋਲ ਹੋਰ ਪੁੱਛ ਲੈਣਾ। ਇਹ ਅਕਸਰ ਹੀ ਪੇਪਰਾਂ ਦੇ ਵਿੱਚ ਹੁੰਦਾ ਨਾ, ਬੰਦਾ ਜੋ ਪੜ੍ਹ ਕੇ ਜਾਂਦਾ ਆਊਟ ਆਫ ਸਿਲੇਬਸ ਸੀ, ਹੈ ਨਾ। ਫਿਰ ਉਹਨੇ ਵੀ ਫਿਲੋਸਫੀ ਝਾੜ ਦਿੱਤੀ ਹੈਗੀ ਕਿ ਸਰਕਾਰ ਨਾਲ ਤਾਂ ਪਹਿਲਾਂ ਨਹੀਂ ਮੇਰੀ ਬਣਦੀ ਹੈਗੀ, ਹੈ ਨਾ, ਪਹਿਲਾਂ ਮੇਰੇ ਇੱਟ ਖੜਕਾ ਚੱਲਣ ਡਿਆ ਹੈਗਾ, ਮੈਂ ਤਾਂ ਪਹਿਲਾਂ ਹੀ ਬੋਲ ਕੇ ਪਛਤਾ ਰਿਹਾ। ਉਹ ਤਾਂ ਕਹਿੰਦੇ ਮੈਨੂੰ ਤਾਂ ਉਹ ਇਹ ਵੀ ਕਹਿਤਾ ਕਿ ਕਿਹੜੇ ਹਾਲਾਤਾਂ 'ਚ ਮੈਨੂੰ ਨੌਕਰੀ ਛੱਡਣੀ ਪਈ, ਮਿਲਿਆ ਤਾਂ ਵਿਚਾਰੇ ਨੂੰ ਕੁਝ ਵੀ ਨਹੀਂ ਹੈਗਾ, ਹੈ ਨਾ। ਹੁਣ ਨਾਲ ਦੇ ਵੀ ਜਦੋਂ ਬੋਲ ਰਹੇ ਤਾਂ ਨਾਲ ਦੇ ਜਿਹੜੇ ਸਾਹਮਣੇ ਅਫਸਰਾਂ ਦੀ ਬੈਠੇ ਹੁੰਦੇ ਉਹ ਵੀ ਹੱਸ ਰਹੇ ਸੀ, ਹੈ ਨਾ। ਹੁਣ ਸਵਾਲ ਹੈ ਕਿ ਉਹ ਕਹਿ ਰਹੇ ਨੇ ਕਿ ਸਿਸਟਮ ਹੀ ਖਰਾਬ ਆ, ਜਦ ਤੱਕ ਨੈਕਸਿਸ ਨਾ ਤੋੜੋ, ਉਹਨੇ ਸਲਾਹ ਵੈਸੇ ਚੰਗੀ ਦਿੱਤੀ ਹੈਗੀ ਆ, ਜਦ ਤੱਕ ਇਹ ਨੈਕਸਿਸ ਨਾ ਟੁੱਟਾ ਹੈਗਾ, ਕਿਉਂਕਿ ਇੱਕ ਸਿਪਾਹੀ ਭਰਤੀ ਹੁੰਦਾ ਉਹ ਆਪਣੇ ਜ਼ਿਲ੍ਹੇ 'ਚ ਏ ਐੱਸ ਆਈ ਲੱਗ, ਹੌਲਦਾਰ ਫਿਰ ਏ ਐੱਸ ਆਈ ਫਿਰ ਐੱਸ ਐੱਚ ਓ ਲੱਗਦਾ ਫਿਰ ਡੀ ਐੱਸ ਪੀ ਲੱਗ ਜਾਂਦਾ ਹੈ ਨਾ। ਅਤੇ ਪੰਜਾਬ ਦੇ ਵਿੱਚ ਜੇ 82,000 ਦੀ ਜਿਹੜੀ ਨਫ਼ਰੀ ਹੈਗੀ ਆ ਇਹਦੇ 'ਚੋਂ 80-85% ਉਹ ਜਿਹੜੇ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਰਹਿੰਦੇ ਹੈਗੇ ਨੇ। ਜੇ ਇੱਕ ਐੱਸ ਐੱਸ ਪੀ ਇੱਕ ਜ਼ਿਲ੍ਹੇ ਦੇ ਵਿੱਚ 2 ਸਾਲ ਲਾ ਸਕਦਾ ਅਤੇ ਏ ਐੱਸ ਆਈ ਘੱਟੋ ਘੱਟ ਏ ਐੱਸ ਆਈ ਹੌਲਦਾਰ ਅਤੇ ਸਿਪਾਹੀ ਨੂੰ ਛੱਡ ਦਿਉ, ਮੰਨ ਲਓ ਏ ਐੱਸ ਆਈ ਦੂਜੇ ਜ਼ਿਲ੍ਹੇ 'ਚ ਲੱਗਣ, 23 ਜ਼ਿਲ੍ਹੇ ਨਾ, ਮੰਨ ਲਓ ਆਪਾਂ ਮੰਨ ਕੇ ਚੱਲਦੇ ਜੇ ਕੋਈ ਮੁੰਡਾ 20 ਸਾਲ ਦੇ ਵਿੱਚ ਸਿਪਾਹੀ ਛੱਡੋ, ਸਿਪਾਹੀ ਛੱਡ ਦਿਉ, ਹੌਲਦਾਰ ਛੱਡ ਦਿਉ, ਜੇ ਕੋਈ ਏ ਐੱਸ ਆਈ ਆ ਜਿਹੜਾ 40 ਸਾਲ ਦੀ ਉਮਰ ਵਿੱਚ ਏ ਐੱਸ ਆਈ ਬਣਦਾ ਆ ਕੇ ਨਾ, ਅਤੇ ਘੱਟੋ ਘੱਟ ਉਹਦੀ ਬਾਅਦ 'ਚ ਸਰਵਿਸ 20 ਸਾਲ ਰਹਿੰਦੀ, ਉਹਨੂੰ 20 ਸਾਲਾਂ ਦੇ ਵਿੱਚ 20 ਜ਼ਿਲ੍ਹੇ ਤਾਂ ਘੁੰਮਾ ਦੇਣੇ ਚਾਹੀਦੇ ਨੇ, ਤਾਂ ਨੈਕਸਿਸ ਕੁੰਵਰ ਵਿੱਚ ਪ੍ਰਤਾਪ ਸਿੰਘ ਕਹਿੰਦੇ ਟੁੱਟਣਾ ਵੀ ਜੇ ਅੱਜ ਏ ਐੱਸ ਆਈ ਕੋਟਕਪੁਰੇ ਲੱਗਾ ਫਿਰ ਉਹਨੂੰ ਘੱਟੋ ਘੱਟ ਜਾ ਕੇ ਅੰਮ੍ਰਿਤਸਰ ਭੇਜੋ, ਫਿਰ ਗੁਰਦਾਸਪੁਰ ਭੇਜੋ, ਫਿਰ ਪਠਾਨਕੋਟ, ਘੱਟੋ ਘੱਟ ਇੱਕ ਜ਼ਿਲ੍ਹਾ ਹੀ ਛੱਡ ਦਿਉ। ਜੇ ਫਰੀਦਕੋਟ ਦੇ ਨਾਲ ਜੇ ਫਿਰੋਜ਼ਪੁਰ ਨਹੀਂ ਜਾਂ ਭੇਜਣਾ ਹੈਗਾ ਤਾਂ ਫਾਜ਼ਿਲਕਾ ਭੇਜ ਦਿਉ, ਜਾਂ ਫਿਰ ਜੇ ਫਿਰੋਜ਼ਪੁਰ ਨਹੀਂ ਭੇਜਣਾ ਤਾਂ ਇੱਧਰ ਮੋਗੇ ਭੇਜ ਦਿਉ, ਮੋਗੇ ਨਹੀਂ ਭੇਜਣਾ ਲੁਧਿਆਣੇ ਭੇਜ ਦਿਉ, ਉਹ ਜਿਹੜਾ ਬਦਮਾਸ਼ਾਂ ਦੇ ਨਾਲ ਜਿਹੜਾ ਨੈਕਸਿਸ ਉਹ ਤਾਂ ਟੁੱਟੂਗਾ। ਪਰ ਉਹ ਜਿਹੜੀ ਪ੍ਰਤਾਪ ਸਿੰਘ ਬਾਜਵਾ, ਦੇਖੋ ਓਪੋਜੀਸ਼ਨ ਨੇ ਤਾਂ ਘੇਰਨਾ ਇਹਦਾ, ਉਹਨਾਂ ਨੂੰ ਤਾਂ ਲੱਗਾ ਸੀ ਕਿ ਸਾਡੇ ਹੱਥ ਬਟੇਰ ਆ ਗਿਆ, ਪਰ ਪੂਰੀ ਤਰ੍ਹਾਂ ਬਟੇਰ ਸਪੀਕਰ ਨੇ ਆਉਣ ਨਹੀਂ ਦਿੱਤਾ, ਕਿਉਂਕਿ ਵਿੱਚ ਸਰਕਾਰ ਨੇ 2 ਮੰਤਰੀ ਖੜ੍ਹੇ ਹੋ ਗਏ ਜਿਨ੍ਹਾਂ ਨੇ ਇਸ਼ਾਰਾ ਕੀਤਾ ਹੈਗਾ, ਉਹਦੇ 'ਚ ਇੱਕ ਹਰਪਾਲ ਸਿੰਘ ਚੀਮਾ, ਦੂਜਾ ਅਮਨ ਅਰੋੜਾ, ਉਹਨਾਂ ਨੇ ਗੱਲ ਗੋਲ ਮੋਲ ਇਸ਼ਾਰੇ ਕਰਵਾ ਦਿੱਤੇ ਹੈਗੇ ਅਤੇ ਸਪੀਕਰ ਸਾਹਿਬ ਵੀ ਸਮਝ ਗਏ ਕਿ ਗੱਲ ਅੱਗੇ ਨਾ ਵਧਾਈਏ। ਹਰਪਾਲ ਸਿੰਘ ਚੀਮਾ ਦੀ ਦਲੀਲ ਕੋਈ ਠੋਸ ਜੀ ਜਾਪੀ ਨਹੀਂ, ਉਹਦੇ ਮਾਮਲਾ ਹੀ ਸਭ ਜਿਹੜੀ ਸੀ ਦੱਸ ਗਏ, ਨਹੀਂ ਫਿਰ ਉਹ ਇਸ ਕਰਕੇ ਸਬ ਜੁਡੀਸ਼ ਛੱਡ ਗਏ ਕਿ ਸਰਕਾਰ ਫਸ ਰਹੀ ਸੀ, ਸਰਕਾਰ ਦੀ ਕਿਰਕਰੀ ਹੋ ਰਹੀ ਸੀ ਨਾ, ਕਿਉਂਕਿ ਮੌਕਾ ਓਪੋਜੀਸ਼ਨ ਪਾਰਟੀ ਨੂੰ ਮਿਲ ਗਿਆ। ਮੈਟਰ ਸਬ ਜੁਡੀਸ ਦਾ ਇਹ ਨਹੀਂ ਮਤਲਬ ਹੁੰਦਾ ਕਿ ਉੱਥੇ ਹਾਈਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈਗਾ, ਕਿਉਂਕਿ ਰਿਪੋਰਟ ਜਨਤਕ ਹੋ ਗਈ ਆ। ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਰਿਪੋਰਟ ਜਨਤਕ ਹੋ ਗਈ ਆ, ਸੁਖਵਿੰਦਰ ਕੋਟਲੀ ਵੀ ਕਹਿ ਰਹੇ ਸੀ ਵੀ ਤੁਸੀਂ ਆਪਣੇ ਡੀ ਐੱਸ ਪੀ ਦੇ ਖਿਲਾਫ਼ ਤਾਂ ਕਾਰਵਾਈ ਕੀਤੀ ਨਹੀਂ। ਹਾਈਕੋਰਟ ਨੇ ਇਹ ਥੋੜ੍ਹਾ ਕਿਹਾ ਸਰਕਾਰ ਨੂੰ ਕਿ ਤੁਸੀਂ ਡੀ ਐੱਸ ਪੀ ਜਾਂ ਐੱਸ ਐੱਸ ਪੀ ਜਾਂ ਐੱਸ ਐੱਚ ਓ ਦੇ ਖਿਲਾਫ਼ ਕਾਰਵਾਈ ਨਹੀਂ ਕਰਨੀ, ਇਹ ਤਾਂ ਤੁਹਾਡੀ ਨੈਤਿਕਤਾ ਚਾਹੀਦੀ ਹੈਗੀ ਆ। ਪਰ ਅਸਲ ਦੇ ਵਿੱਚ ਡੀ ਐੱਸ ਪੀ ਨੂੰ ਬਚਾਉਣ ਵਾਲੇ ਦਿੱਲੀ ਬੈਠੇ ਨੇ ਅਤੇ ਪੰਜਾਬ ਦੇ ਵਿੱਚ ਬੈਠੇ ਹੈਗੇ ਨੇ, ਉਹ ਹਰਪਾਲ ਸਿੰਘ ਚੀਮੇ ਨੂੰ ਵੀ ਪਤਾ ਹੈਗਾ, ਅਮਨ ਅਰੋੜੇ ਨੂੰ ਵੀ ਪਤਾ। ਇਸ ਕਰਕੇ ਅਮਨ ਅਰੋੜੇ ਨੇ ਵੀ ਗੋਲਮੋਲ ਦੀ ਗੱਲ ਕਰਤੀ, ਇਕੱਲਾ ਹਰਪਾਲ ਸਿੰਘ ਚੀਮਾ ਥੋੜ੍ਹਾ ਵਕੀਲ ਹੈਗਾ, ਉਹ ਸਾਰੇ ਐੱਮ ਐੱਲ ਏ ਵੀ ਵਕੀਲ ਹੈਗੇ ਨੇ, ਜਿਹੜੇ ਵੇਖ ਰਹੇ ਨੇ ਉਹ ਵੀ ਵਕੀਲ ਨੇ। ਜ਼ਰੂਰੀ ਨਹੀਂ ਆ ਕਿ ਤੁਹਾਡੇ ਕੋਲ ਐੱਲ ਐੱਲ ਬੀ ਦੀ ਡਿਗਰੀ ਹੋਵੇ, ਪਿੰਡਾਂ ਦੇ ਵਿੱਚ ਬੈਠਾ ਜਿਹੜਾ 7 ਦੇ ਵਿੱਚ ਉਹ ਚੰਗੇ ਤੋਂ ਉਹ ਬਾਬੇ ਵੀ ਵਕੀਲ ਹੈਗੇ ਨੇ। ਉਹ ਤਾਂ ਜਦੋਂ ਤੁਹਾਡੇ ਕੋਲ ਜਵਾਬ ਨਾ ਹੋਵੇ ਨਾ, ਜਾਂ
ਕਹਿੰਦੇ ਹੁੰਦੇ ਨਾ ਉਹ ਇੱਕ, ਆਪਾਂ ਪਹਿਲਾਂ ਵੀ ਫਿਲਮ ਦਾ ਇੱਕ ਡਾਇਲੋਗ ਬੋਲਿਆ ਨਾ ਕਿ ਕਹਿੰਦੇ ਉਹ ਬਸ਼ਰਮਾ ਦੀ ਡੁੱਲ ਗਈ ਦਾਲ, ਤਾਂ ਕਹਿੰਦੇ ਅਸੀਂ ਡੋਲ ਡੋਲ ਕੇ ਖਾਂਦੇ ਹਾਂ ਨਾ, ਸਰਕਾਰ ਦਾ ਅੱਜ ਉਹ ਹਿਸਾਬ ਹੋਇਆ ਸੀ। ਉਹ ਵੀ ਅਮਨ ਅਰੋੜਾ ਵੀ ਇਹ ਕਹਿ ਰਿਹਾ ਸੀ ਕਿ ਆਪਾਂ ਇੱਕ ਕੋਈ ਕਮੇਟੀ ਜੀ ਬਣਾ ਲਓ ਜੀ ਨਾ, ਮਤਲਬ ਉਹਨਾਂ ਨੇ ਸਪੀਕਰ ਸਾਹਿਬ ਨੂੰ ਇਸ਼ਾਰਾ ਕਰਨਾ ਕਿ ਹੋਰ ਨਾ ਕਿ ਓਪੋਜੀਸ਼ਨ ਦੇ MLA ਨੂੰ ਮੌਕਾ ਦੇ ਦਿਓ, ਤਾਂ ਫਿਰ ਆਪਣੇ ਖਹਿੜਾ ਛਡਾਉਣਾ ਔਖਾ ਹੋਜੂਗਾ। ਪਰ ਜਿਹੜਾ ਪ੍ਰਤਾਪ ਸਿੰਘ ਬਾਜਵ ਨੇ ਕਿ ਦੋ ਮਹੱਤਵਪੂਰਨ ਮੁੱਦੇ ਨਾ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ ਉਠਾਏ, ਇੱਕ ਕਿਹੜਾ ਸੀ ਬੇਅਦਬੀ ਵਾਲਾ ਕਿ ਤੁਸੀਂ ਕਹਿੰਦੇ ਇਨਸਾਫ ਦੇਵਾਂਗੇ, ਨਹੀਂ ਮਿਲਿਆ। ਫਿਰ ਉਹਨਾਂ ਨਸ਼ਿਆਂ ਵਾਲਾ ਮੁੱਦਾ ਚੁੱਕਿਆ ਹੈ ਕਿ ਮੇਰੇ ਇਲਾਕੇ ਦੇ ਵਿੱਚ ਇੱਕ DSP SP ਨਸ਼ਾ ਵਿਕਾਉਂਦੇ ਸਰਕਾਰ ਨੇ, ਉਹ ਵੀ ਨਹੀਂ ਬਦਲੇ। ਉਹ ਤਾਂ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਓਪੋਜੀਸ਼ਨ ਲੀਡਰ, ਉਹ ਬੜੇ ਉਹ ਧੜਲੇਦਾਰ ਔਰ ਇੱਕ ਬੜੇ ਕਹਿੰਦੇ ਨੇ ਸ਼ਡਿਊਲਡ ਪੋਲੀਟੀਸ਼ੀਅਨ ਆ ਗਏ। ਉਹ ਕਹਿੰਦੇ ਕਿ ਮੋਢਾ ਹੈ ਵਾ ਉਹਦਾ ਕੁੰਵਰ ਵਿਜੇ ਪ੍ਰਤਾਪ ਆ, ਆਪਾਂ ਤਾਂ ਨਿਸ਼ਾਨੇ ਲਾਉਣ, ਤਾਂ ਉਹਨਾਂ ਨੇ ਲਾਏ ਨਿਸ਼ਾਨੇ। ਉਹ ਤਾਂ ਤਾਂ ਕਹਿ ਰਹੇ ਸੀ ਕਿ ਜਿਹਨੂੰ ਸੁਣਾਉਣੀ ਆ ਉਹ ਤਾਂ ਉੱਠ ਕੇ ਚਲੇ ਗਏ, ਮੁੱਖ ਮੰਤਰੀ ਭਗਵੰਤ ਮਾਨ ਵੱਲ ਇਸ਼ਾਰਾ ਕਰ ਰਹੇ ਸੀ ਨਾ। ਇਸ ਕਰਕੇ ਮਸਲਾ ਬੜਾ ਸੀਰੀਅਸ, ਪਰ ਜਿੱਥੇ ਸਿਆਣਪ ਕੁਲਤਾਰ ਸਿੰਘ ਸਿੱਧਵਾਂ ਨੇ ਵੀ ਦਿਖਾਈ ਆ ਕਿ ਉਹਨਾਂ ਨੂੰ ਓਪੋਜੀਸ਼ਨ ਨੂੰ ਲੱਗਦਾ ਸੀ ਕਿ ਫਸ ਜਾਣਗੇ, ਪਰ ਉਹ ਨਿਕਲ ਆਏ ਨੇ। ਉਹ ਵੀ ਉਹਨੇ ਆਪਣੇ ਆਪ ਨੂੰ ਵੀ ਕੁਲਤਾਰ ਸਿੰਘ ਦਿਵਾਉਣਾ, ਆਪਣੇ ਆਪ ਨੂੰ ਬੜਾ ਇੱਕ ਸੂਝਵਾਨ ਦੇ ਤੌਰ 'ਤੇ ਪੇਸ਼ ਕੀਤਾ ਹੈਗਾ। ਲੇਕਿਨ ਜਦੋਂ ਇਹ ਲਾਈਵ ਚੱਲ ਰਿਹਾ ਸੀ ਸਾਰੇ ਚੈਨਲਾਂ 'ਤੇ, ਪਤਾ ਨਹੀਂ ਅੱਜ ਸਰਕਾਰ ਨੇ ਬੰਦ ਕਰਵਾਏ ਕਿ ਨਹੀਂ ਕਰਵਾਏ, ਪਰ ਉਹ ਰਿਕਾਰਡ ਹੋ ਗਿਆ। ਅੱਜ ਕੱਲ੍ਹ ਵੈਬਸਾਈਟਾਂ 'ਤੇ ਖਬਰ ਪੈ ਜਾਂਦੀ ਹੈ, ਸੋਸ਼ਲ ਮੀਡੀਆ ਨਾਲ ਦੀ ਨਾਲ ਲੋਕ ਕੱਟ ਕੇ ਪਾ ਦਿੰਦੇ ਹੈਗੇ ਨੇ। ਉਹਦੇ 'ਚ ਇਹ ਹੈ ਕਿ ਇਹ ਜ਼ਿੰਮੇਵਾਰੀ 'ਤੇ ਬਣਦੀ ਸੀ ਪੰਜਾਬ ਪੁਲਿਸ ਦੀ, SSP ਦੀ, ਪਰ ਉਹ ਕਾਰਵਾਈ ਕਿਉਂ ਨਹੀਂ ਇਹ ਹੁਣ ਦੇ ਦੇ ਕਿ DGP ਸਾਹਿਬ ਭਲਕੇ ਜਿਹੜੀ ਸਵੇਰੇ ਰਿਪੋਰਟ ਦੇਣੀ ਉਹਨਾਂ ਨੇ 10 ਵਜੇ, ਸਵੇਰੇ 9 ਵਜੇ ਸ਼ਾਇਦ ਪੇਸ਼ ਹੋ ਜਾਣ, ਅਤੇ ਕਿਉਂਕਿ 10 ਵਜੇ ਵਿਧਾਨ ਸਭਾ ਸ਼ੁਰੂ ਹੋਣੀ ਆ, ਅਤੇ ਉਹਦੇ ਤੋਂ ਪਹਿਲਾਂ ਉਸ ਜਿਹੜਾ ਥਾਣੇਦਾਰ ਹੈਗਾ ਉਹਨੂੰ ਡਿਸਮਿਸ ਕਰਕੇ ਫਾਈਲ ਲੈ ਕੇ ਆਉਂਦੇ ਨੇ 311 ਲਾ ਕੇ, ਅਤੇ ਜਿਹੜੇ ਉਹਨੂੰ ਬਚਾਉਣ ਵਾਲੇ ਪੋਲੀਟੀਸ਼ਨ ਉਹਨਾਂ ਦੇ ਵਿਚੇਰੇ ਬੇਨਕਾਬ ਕਰਦੇ ਜਾਂ ਨਹੀਂ ਕਰਦੇ ਹੈਗੇ। ਇੱਕ ਨਾ ਲੱਗਵੇਂ ਗੱਲ ਜ਼ਰੂਰੀ ਕਰਨੀ ਬਣ ਜਾਂਦੀ ਹੈ,